लो जी, ऐसी इस टाइम खड़े हाँ। 100 वाले तो अगे जिहड़ा ना उह जाके जाम के चीमा जाण वाला है रस्ता है। नवी नहर, इह नवी नहर है जी, इह वाली पाकिस्तान ते इंडिया बनन तों बाद च निकली सी। हाँ, ते इह 100 वाले दे नाल है जी, इह जदों पाकिस्तान इंडिया तकरीबन पार्टीशन होया ही है उदों ही जिहड़ा ना कहिंदे ने कि इह बनी सी इह वाली नहर। नहर बनी सी ते ए जिहड़े ने बजुर्ग इहनां दे नाल जिहड़ा उह गलबात करांगे। इह देखो, इह दस रहे ने कि इह जाल जिहड़ा ना इह मैं आप बनाया है। ते देखो किड्डा जबरदस्त जाल है, फोटोआं भी बना लईदा वैसे ना। एक कहिंदे ने कि असीं सारे जाल जिहड़ा उह बना लैंदे आ। साडे वड्डे बना लैंदे रहे ने, उह फौत हो गए ने। हां जी, रहण वाले सी साडे वड्डे। अच्छा, ते तुहाडा की नाम है बजुर्ग? मेरा नाम असगर अली। असगर अली, ते तुहाडे जिहड़े वाल साहब ने उहनां दा की नाम सी? उहनां दा नाम अहमद अली सी। ਉਹਨਾਂ ਦਾ ਪਿੰਡ ਸੀ ਪਿੱਛੇ ਮਿਆਣੀ, ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਮਿਆਣੀ ਪਿੰਡ। ਹਾਂਜੀ। ਅੱਛਾ ਅੱਛਾ, ਤੇ ਉਹਨਾਂ ਦਾ ਕੀ ਕੰਮ ਸ਼ਾਮ ਸੀ ਜੀ, ਉਹ ਕੀ ਕਰਦੇ ਸੀ? ਬਾਹਰ ਉੱਥੇ ਉਹਨਾਂ ਦਾ ਜਿਵੇਂ ਪਾਂਡਾ ਵੀ ਹੈ ਸੀ। ਫਿਰ ਇਹ ਤੇ ਇੱਕ ਆਪਣਾ ਸ਼ੌਕ ਹੁੰਦਾ, ਅਸੀਂ ਹੁਣ ਫੁੱਟਬਾਲਾਂ ਦਾ ਕੰਮ ਕਰਦੇ ਰਹੇ, ਫਰੂਟ ਵੀ ਲਾ ਲਈਦਾ। ਅੱਛਾ, ਤੇ ਉਹ ਉੱਥੇ ਮੱਛਲੀ ਕਿਸ ਤਰ੍ਹਾਂ ਫੜਦੇ ਹਨ? ਇਹੋ ਹੀ ਜਾਲੀ ਚਾਲੀ ਆਪ ਹੀ ਬਣਾ ਲੈਂਦੇ ਹਨ? ਉੱਥੇ ਦੇ ਕੰਮ, ਉੱਥੇ ਦੇ ਮੱਛੀ ਬਹੁਤ ਜ਼ਿਆਦਾ ਹੁੰਦੀ ਸੀ ਨਾ, ਅਤੇ ਉਹ ਫੜ ਲੈਂਦੇ ਰਹੇ ਨਾ। ਫਿਰ ਜਿਉਂ ਪਾਕਿਸਤਾਨ ਲੈਦਾ ਹੋਇਆ, ਵੱਡੇ ਵਡੇਰੇ ਫੌਤ ਹੋ ਗਏ, ਅਤੇ ਕਿਸੇ ਦੀ ਜ਼ਮੀਨ ਟੁੱਟ ਗਈ ਅਤੇ ਕਿਸੇ ਨੂੰ ਜ਼ਿਆਦਾ ਮਿਲ ਗਈ। ਇਹ ਤਾਂ ਪਾਕਿਸਤਾਨ ਦੇ ਹਾਲਾਤ ਨੇ, ਜਦੋਂ ਉਦੋਂ ਕਈਆਂ ਦਾ ਦਾਅ ਲੱਗ ਗਿਆ, ਕਈਆਂ ਦਾ ਨੁਕਸਾਨ ਹੋ ਗਿਆ। ਜਾਲੀ ਚਾਲੀ ਬਣਾਉਣ ਦਾ ਹਰ ਕਿਸਮ ਦੀ ਜਾਲੀ ਜਿਹੜੀ ਉਹ ਤੁਸੀਂ ਬਣਾ ਲੈਂਦੇ ਹੋ? ਵੱਡੇ ਵਡੇਰੇ ਜਿਹੜੇ ਉਹ ਫੌਤ ਹੋ ਗਏ, ਤੇ ਅਸੀਂ ਚਲੋ ਸ਼ੌਕ ਵੀ ਕਰ ਲਈ। ਤੇ ਇਹ ਸਿੱਖਿਆ ਹੋਈ ਤੁਸੀਂ ਵੱਡਿਆਂ ਕੋਲ ਹੀ ਇਹ ਕੰਮ ਜਾਲੀ ਚਾਲੀ ਬਣਾਉਣ ਦਾ? ਨਹੀਂ, ਅਸੀਂ ਨਹੀਂ ਬਣਾਉਂਦੇ ਰਹੇ, ਉਹ ਬਣਾਉਂਦੇ ਰਹੇ, ਅਸੀਂ ਆਪਣਾ ਕੰਮ ਕਰਦੇ ਰਹੇ। ਅੱਛਾ, ਤੇ ਇਹ ਕਿੱਥੋਂ ਸਿੱਖਿਆ ਤੁਸੀਂ ਫਨ ਜਾਲੀ ਬਣਾਉਣ ਦਾ? ਵੇਖ ਵੇਖ ਕੇ। ਫਿਰ ਤੁਹਾਨੂੰ ਪਤਾ ਕਿ ਜਿਹੜਾ ਕੋਈ ਕੰਮ ਕਰਦਾ ਹੈ ਅੱਗੋਂ ਬੱਚਿਆਂ ਨੂੰ ਥੋੜ੍ਹਾ ਬਹੁਤਾ ਤਾਂ ਪਤਾ ਹੀ ਹੁੰਦਾ। ਪਤਾ ਹੁੰਦਾ ਵੱਡਿਆਂ ਤੋਂ, ਜਿਹੜਾ ਪਤਾ ਲੱਗ ਜਾਂਦਾ। ਇੱਕ ਵਾਰੀ ਕੋਈ ਚੀਜ਼ ਬਣੀ ਵੇਖ ਲਓ ਤਾਂ ਫਿਰ ਬੰਦਾ ਆਪ ਹੀ ਤਿਆਰ ਕਰ ਲੈਂਦਾ। ਤੇ ਵੱਡੇ ਜਿਹੜੇ ਨੇ ਤੁਹਾਡੇ, ਉਹ ਅੱਬੇ ਹੋਰੀ ਤੇ ਦਾਦੇ ਹੋਰੀ, ਉਹ ਗੱਲਬਾਤ ਸੁਣਾਉਂਦੇ ਹੁੰਦੇ ਹਾਂ ਕਿ ਉੱਧਰ ਬੜੀ ਬੜੀ ਮੱਛੀ ਫੜਦੇ ਰਹੇ ਆ? ਗੱਲਬਾਤ ਇੰਡੀਆ ਦੀ ਸੁਣਾਉਂਦੇ ਰਹੇ ਨਾ, ਆਪਣੀ ਵੀ ਫਿਰ ਉੱਧਰ ਸਿੱਖਾਂ ਦੀ ਵੀ। ਤੇ ਬੜਾ ਅੱਛਾ ਪਿੰਡ ਸੀ ਉਹਨਾਂ ਦਾ ਮਿਆਣੀ, ਜ਼ਿਲ੍ਹਾ ਗੁਰਦਾਸਪੁਰ। ਹਾਂ ਹਾਂ, ਕਾਨੂੰਨ ਫੇਰੀ ਚੇਚੀ ਇਹ ਨਾਂ ਲੈਂਦੇ ਰਹੇ ਨੇ ਸਾਡੇ ਵੱਡੇ। ਅੱਛਾ, ਤੇ ਫਿਰ ਉਹ ਜਦੋਂ ਫੌਤ ਹੋ ਗਏ ਇਹਨਾਂ ਦੇ, ਸਾਡਾ ਇੱਕ ਸ਼ੌਕ ਹੈ। ਤੇ ਉੱਧਰ ਕਿਸੇ ਨਾਲ ਦੱਸਦੇ ਰਹੇ ਨੇ ਕਿ ਕਿਸੇ ਨਾਲ ਮਤਲਬ ਪਿਆਰ ਮੁਹੱਬਤ ਕੋਈ ਐਸਾ ਜੀ ਕੋਈ? ਬੜਾ ਹੀ ਸੀ। ਹੁਣ ਉਹਨਾਂ ਦੇ ਨਾਂ ਤਾਂ ਨਹੀਂ ਯਾਦ, ਲੇਕਿਨ ਜਿਹੜਾ ਸਾਡਾ ਨਾਨਾ ਸੀ ਨਾ, ਉਹਦਾ ਨਾਂ ਸੀ ਚੰਡਾ। ਅਤੇ ਉਹਨਾਂ ਨੂੰ ਕਹਿੰਦੇ ਸੀ ਉਹ ਸਿੱਖ ਕੇ ਰਵੋ ਤੁਸੀਂ, ਤੁਹਾਡੀ ਕਬਾਲ ਨਹੀਂ ਵੇਖਦਾ। 25 ਕਿੱਲੇ ਪੈਲੀ ਸੀ, ਮਾਲ ਡੰਗਰ ਖੁੱਲ੍ਹਾ ਹੀ ਛੱਡ ਕੇ ਆ ਗਏ। ਅਤੇ ਉਹ ਜਦੋਂ ਆਏ ਸੀ, ਵੱਡੇ ਦੱਸਦੇ ਸੀ ਕਿ ਦਰਿਆ ਦਾ ਪਾਣੀ ਲਾਲ ਹੋ ਗਿਆ ਸੀ, ਇੰਨੀ ਕਤਲੇਆਮ ਹੋਈ ਸੀ। ਸਾਨੂੰ ਲੋਕਾਂ ਨੂੰ ਤਾਂ ਕਦਰ ਕੋਈ ਨਹੀਂ ਨਾ, ਟਾਲੀਆਂ ਦੇ ਪੱਤਰ ਖਾ ਕੇ ਦੁਨੀਆਂ ਨੇ ਗੁਜ਼ਾਰਾ ਕੀਤਾ। ਅੱਜ ਲੋਕ ਬਈ ਰੋਟੀ ਨਹੀਂ ਖਾਂਦੇ ਅਤੇ ਨਖਰੇ ਕਰਦੇ ਨਾ, ਕਿਸੇ ਦੇ ਕੱਪੜਾ ਹੁੰਦਾ ਸੀ ਕਿਸੇ ਦੇ ਨਹੀਂ, ਅੱਜ ਲਹਿੰਗੇ ਨਹੀਂ ਬੁੱਢੀਆਂ ਦੇ ਪੂਰੇ ਹੁੰਦੇ। ਤੇ ਇੱਥੇ ਕਿੱਥੇ ਆ ਕੇ ਫਿਰ ਵੱਡੇ ਬੈਠੇ ਤੁਹਾਡੇ? ਸਾਡੇ ਵੱਡੇ ਆ ਗੰਜਿਆਂ ਵਾਲੀ, ਇਹ ਸਾਰਿਆਂ ਪਿੰਡਾਂ 'ਚ ਹੀ ਉੱਗੋ ਕੀ ਗੰਜਿਆਂ ਵਾਲੀ, 100 ਵਾਲਾ ਵਸਣ ਕੀ, ਇੱਥੇ ਕੀ ਉਹਦਾ ਨਾਂ ਹੈ ਉੱਗੂ ਚੱਕ। ਫਿਰ ਸਾਡੇ ਇੱਥੇ ਕੁਝ ਲੋਕਾਂ ਨੂੰ ਜ਼ਮੀਨਾਂ ਮਿਲੀਆਂ ਨੇ ਲਈਆਂ, ਉਹਨਾਂ ਨੂੰ ਲਈਆਂ 'ਚ ਮਿਲ। ਹਾਂਜੀ, ਅਤੇ ਇਸ ਤਰ੍ਹਾਂ ਕਰਕੇ ਫਿਰ ਸਰਕਟ ਇਸੇ ਤਰ੍ਹਾਂ ਹੀ ਦੁਨੀਆਂ ਦੇ ਚੱਲ ਰਹੀ ਆ। ਅਤੇ ਸ਼ੌਕ ਵੀ ਆ, ਹੋਰ ਕਈ ਲੋਕ ਤਾਂ ਜਿਨ੍ਹਾਂ ਦੇ ਵੱਡੇ ਵਡੇਰੇ ਮਰ ਗਏ, ਮੱਛੀਆਂ ਫੜਦੇ ਅੱਜ ਮਜ਼ਾਕ ਕਰਦੇ ਨੇ, ਉਹਨਾਂ ਕੋਲ ਪੈਸਾ ਆ ਗਿਆ ਨਾ। ਅਤੇ ਹੋਰ ਬਾਕੀ ਇਹ ਕਿ ਦਾਦੇ ਪੜਦਾਦੇ ਉਹਨਾਂ ਦੇ ਵੀ ਉਹ ਹੀ ਸਨ, ਜਿਨ੍ਹਾਂ ਕੋਲ ਪੈਸਾ ਜਾ ਗਿਆ ਤੇ ਅੱਜ ਸ਼ੌਕ ਉਹ ਨਹੀਂ ਕਰਦੇ ਤੇ ਮਜ਼ਾਕ ਕਰਦੇ। ਜਿਹਦੇ ਕੋਲ ਜਿਹੜਾ ਗੱਡੀ ਆ ਗਈ ਹੈ, ਭਾਵੇਂ ਐਵਰੀ ਡੱਬਾ ਜਾਂ ਉਹਨੇ ਇੱਕ ਦੋ ਪਲਾਟ ਲੈ ਲਿਆ, ਜਗ੍ਹਾ ਚੰਗੀ ਬਣਾ ਲਈ, ਉਹ ਮਜ਼ਾਕ ਕਰ। ਉਹ ਮੱਛੀ ਵੀ ਕੋਈ ਕਾਰੋਬਾਰ ਹੈ, ਅਤੇ ਆਪਣੀ ਔਕਾਤ ਨਹੀਂ ਬੰਦੇ ਨੇ ਵੇਖਣੀ। ਕਾਰੋਬਾਰ ਜਿਹੜਾ ਮਰਜ਼ੀ ਕਰੋ, ਇਹਦੇ 'ਚ ਮਿਲਣਾ ਕੋਈ ਨਹੀਂ। ਲਓ ਜੀ, ਮਿਆਣੀ ਦੇ ਵਿੱਚ ਉੱਧਰ ਅਗਰ ਲੋਕ ਆਪਣੀ ਔਕਾਤ ਭੁੱਲਦੇ ਨੇ, ਮਰਦੇ ਵੀ ਉਹ ਹੀ ਨੇ। ਹਾਂਜੀ, ਬਿਲਕੁਲ ਬਿਲਕੁਲ। ਮਿਆਣੀ ਦੇ ਵਿੱਚ ਨਾ ਪੱਕੀ ਹੋਵੇ ਤਾਂ ਕਹਿਣਗੇ ਸਾਨੂੰ 10 ਕਿਲੋ ਹੋਵੇ, ਅਸੀਂ ਖਾ ਜਾਵਾਂਗੇ, ਤੇ ਫੜਨ ਵਾਲੇ ਨੂੰ ਮਜ਼ਾਕ ਕਰਨੇ। ਤੇ ਆਪਣੇ ਦੁਨੀਆਂ ਦਾ ਮਾਂ ਪਿਓ ਭਾਵੇਂ ਛਪੜੀ ਜੀ ਮਰ ਗਿਆ ਹੋਵੇ, ਮੱਛੀ ਫੜਦੇ ਹੀ ਮਰ ਗਿਆ। ਇੱਥੇ ਨਹਿਰ 'ਚੋਂ ਕਿਹੜੀ ਕਿਹੜੀ ਮੱਛੀ ਫੜੀ ਜਾਂਦੀ ਜੇ? ਇਹਦੇ 'ਚ ਸੋਲ, ਪੱਤਰ, ਸੀਂਗ, ਗੁਲਫਾਮ, ਹਰ ਰੰਗ ਦੀ ਮੱਛੀ ਹੁੰਦੀ। ਵਾਹ ਵਾਹ, ਤੇ ਸਾਡਾ ਤੇ ਭਾਈ ਸ਼ੌਕ ਹੈ, ਤੇ ਅਸੀਂ ਤੇ ਕਰਾਂਗੇ ਨਾਲੇ ਦਿਹਾੜੀ ਲਾ ਜੀ ਦੀ। ਵਾਹ ਜੀ ਵਾਹ, ਕੀ ਬਾਤ ਹੈ। ਜਦੋਂ ਸਾਡਾ ਰੱਬ ਕਾਰੋਬਾਰ ਬਦਲੇਗਾ, ਤੇ ਕਿਸ ਕੋਈ ਐਸਾ ਇਨਸਾਨ ਨਹੀਂ ਜਿਹਦੀ ਇਹ ਖਾਹਿਸ਼ ਨਹੀਂ ਕਿ ਸਾਡਾ ਕਾਰੋਬਾਰ ਬਦਲ ਜਾਏ। ਤੇ ਜਿਹਦਾ ਬਦਲ ਜਾਏ, ਜਿਹਦੇ ਕੋਈ ਚਾਰਾਂ ਨੇ ਆ ਜਾਣੋ ਯੁਗ ਤਾਂ।
ते मजाक ते बाकी सारी दुनिया दे मच्छी फड़दे गए न ते साडा ते शौक है असी तेनू बुरा नहीं समझदे ऐ हुण 12 बज गए दिहाड़ी लग जानी चलो बजुर्गो उधर को गलबात करेगा ना म्याणी उधर इंडिया च जदों हाडी वीडियो को वेखेगा तो तुहाडे वड्डिआं नूं जानदा होएगा ते फिर तुहाडे नाल गलबात जिहड़ी साडे जिहड़े वड्डे ने असीं फिर कहने कि म्याणी रहिंदे सी जिला गुरदासपुर म्याणी पिंड सी उहनां दा चलो जी उधरों को गलबात करेगा फिर तुहानूं जिहड़ा मिलांगे असीं ते गलबात सुणांगे तुहाडे कोल।